ਡੀਐਸਪੀ ਡਾਕਟਰ ਮਨਪ੍ਰੀਤ ਨੇ ਪ੍ਰੈਸ ਕਾਨਫਰੰਸ ਪੁਲਿਸ ਚੌਕੀ ਸੋਹੀਆਂ ਖੁਰਦ ਵਿਖੇ ਕੀਤੀ, ਜੋ ਕਿ ਉਹਨਾਂ ਦੱਸਿਆ ਕਿ ਠਾਕਰ ਪੈਲਸ ਕੋਲ ਪਿੰਡ ਲੁੱਦੜ ਦੇ 3 ਨੌਜਵਾਨਾਂ ਨੂੰ ਪਿੰਡ ਲੁੱਦੜ ਦੀਆਂ 20-25 ਬੰਦਿਆਂ ਨੇ ਨਸ਼ੇੜੀਆਂ ਨੂੰ ਫੜਿਆ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ, ਆਪਾਂ ਇਸ ਟਾਈਮ ਹਲਕਾ ਅੰਮ੍ਰਿਤਸਰ ਸੋਹੀਆਂ ਕਲਾਂ ਚੌਂਕੀ ਵਿੱਚ ਖੜੇ ਹਾਂ। ਆਪਾਂ ਸਵੇਰੇ 2 ਮੁੰਡੇ ਕਾਬੂ ਕੀਤੇ, ਚਿੱਟਾ ਲਾਉਂਦੇ, ਉਹ ਚਿੱਟਾ ਸਪਲਾਈ ਵੀ ਕਰਦੇ ਆ ਅਤੇ ਚਿੱਟਾ ਲਾਉਂਦੇ ਵੀ ਆ। ਹੁਣੇ ਮੈਂ ਤੀਸਰੇ ਥਾਣੇ ਵਿੱਚ ਆਇਆ ਵਾਂ, ਸੋਹੀਆਂ ਕਲਾਂ ਥਾਣੇ ਵਿੱਚ ਆਇਆ। ਇੱਕ ਸਿਰਫ ਇੱਕ ਹੀ ਐਸ ਆਈ ਹੈ ਇੱਥੇ, ਆਪਾਂ ਇੱਕ ਥਾਣੇ 'ਚ ਗਏ ਹਾਂ, ਦੂਜੇ ਥਾਣੇ ਗਏ ਹਾਂ, ਤਿੰਨ ਥਾਣੇ ਚਲ ਗਏ ਹਾਂ। ਕੋਈ ਪੁਲਿਸ ਨਹੀਂ ਸਾਡੀ ਸੁਣ ਰਹੀ, ਕੋਈ ਅਰੈਸਟ ਨਹੀਂ ਕਰ ਰਿਹਾ। ਕੋਈ ਕਹਿੰਦਾ ਕੋਈ 9 ਗ੍ਰਾਮ ਸਮਾਨ ਲਿਆਓ, ਕੋਈ ਕਹਿੰਦਾ 10 ਗ੍ਰਾਮ ਲਿਆਓ, ਕੋਈ ਕਹਿੰਦਾ 20 ਗ੍ਰਾਮ ਲਿਆਓ। ਆਪਾਂ ਹੁਣ ਸਮਾਨ ਤੋੜ ਕੇ ਬੰਦੇ ਫੜੀਏ, ਇੱਕ ਬੰਦੇ ਫੜ ਰਹੇ ਹਾਂ, ਇੱਕ ਸਾਡੀ ਹੈਲਪ ਨਹੀਂ ਹੋ ਰਹੀ, ਸਾਡੀ ਕੋਈ ਸੁਣਵਾ ਨਹੀਂ। ਪੁਲਿਸ ਪ੍ਰਸ਼ਾਸਨ ਬਿਲਕੁਲ ਸੁੱਤਾ ਵਾ। ਇਹ ਵੇਖੋ ਮੇਰੇ ਨੌਜਵਾਨ ਵੀਰ ਜੀ ਨੇ, ਜਿਨ੍ਹਾਂ ਨੇ ਉਹ ਉਪਰਾਲਾ ਕੀਤਾ ਵਾ, ਇਹ ਥਾਣਾ ਸੋਹੀਆਂ ਕਲਾਂ, ਥਾਣਾ ਸੋਹੀਆਂ ਕਲਾਂ ਦੇ ਇੰਚਾਰਜ ਨਾਲ ਵੀ ਗੱਲ ਹੋਈ ਆ, ਵੇਰਕੇ ਦੇ ਇੰਚਾਰਜ ਨਾਲ ਵੀ ਗੱਲ ਹੋਈ ਆ, ਮੂਧਲ ਤੇ ਗੱਲ ਵੀ ਆ। ਕੋਈ ਪੁਲਿਸ ਪ੍ਰਸ਼ਾਸਨ ਬਿਲਕੁਲ ਸੁੱਤੀ ਆ, ਬੇੜਾ ਗਰਕ ਹੋ ਗਿਆ। ਕੈਪਟਨ ਸਰਕਾਰ ਦਾ ਦੁਰਲਾਂਤ ਤੇ ਇਹੋ ਜਿਹੀ ਸਰਕਾਰ ਤੇ, ਇਹੋ ਜਿਹੇ ਮੁਲਾਜ਼ਮਾਂ ਤੇ, ਇਹੋ ਜਿਹੇ ਪ੍ਰਸ਼ਾਸਨ ਤੇ, ਜਿਨ੍ਹਾਂ ਨੂੰ ਬੰਦੇ ਲਿਆ ਕੇ ਆਪਾਂ ਦੇ ਰਹੇ ਹਾਂ, ਉਹ ਫਿਰ ਵੀ ਕਾਰਵਾਈ ਨਹੀਂ ਕਰ ਰਹੇ। ਕੱਲ੍ਹ ਇੱਕ ਵੀਡੀਓ ਵਾਇਰਲ ਹੋਈ ਹੈ, ਇੱਕ ਇੰਸੀਡੈਂਟ ਮੇਰੇ ਨੋਟਿਸ 'ਚ ਆਇਆ। ਕੱਲ੍ਹ ਕੁਛ ਮੋਤਵਾਰ ਬੰਦਿਆਂ ਨੇ ਇੱਥੇ ਪੁਲਿਸ ਪੋਸਟ ਸੋਹੀਆਂ ਵਿੱਚ 2 ਬੰਦੇ ਫੜਾਉਣ ਦੀ ਕੋਸ਼ਿਸ਼ ਕੀਤੀ ਜੋ ਨਸ਼ਾ ਵੇਚਦੇ ਨੇ। ਪਰ ਇੱਥੇ ਮੌਜੂਦ ASI ਨਾਨਕ ਸਿੰਘ ਨੇ ਉਹਨਾਂ ਨੂੰ ਐਂਟਰਟੇਨ ਨਹੀਂ ਕੀਤਾ, ਉਹਨਾਂ ਨੂੰ ਇਹ ਕਹਿ ਕੇ ਤੋਰ ਦਿੱਤਾ ਕਿ ਉਹਨਾਂ ਦੀ ਜੁਰਿਸਡਿਕਸ਼ਨ ਨਹੀਂ ਪੈਂਦੀ। ਉਹ ਬੰਦੇ ਮੁੱਦਰ ਦੇ ਸੀ। ਇੰਸੀਡੈਂਟ ਟੋਟਲ ਇਹ ਸੀ ਕਿ ਉਹ ਵੇਰਕਾ ਚੌਂਕੀ ਪਹਿਲਾਂ ਗਏ ਸੀ, ਵੇਰਕਾ ਉਹਨਾਂ ਨੇ ਇੱਕ ਬੰਦਾ ਫੜਾਇਆ, ਵੇਰਕਾ ਚੌਂਕੀ ਵਾਲਿਆਂ ਨੇ 2 ਬੰਦੇ ਇਹ ਕਹਿ ਕੇ ਤੋਰ ਦਿੱਤੇ ਕਿ ਉਹ ਮੁੱਦਰ ਦੇ ਨੇ ਅਤੇ ਸਾਡੀ ਜੁਰਿਸਡਿਕਸ਼ਨ ਨਹੀਂ ਪੈਂਦੀ। ਰਸਤੇ ਵਿੱਚ ਉਹ ਸਾਡੇ ਇੱਥੇ ਰੁਕੇ ਅਤੇ ਸਾਡੀ ਚੌਂਕੀ ਇੰਚਾਰਜ ਨੇ ਵੀ ਇਹੀ ਜਵਾਬ ਦਿੱਤਾ। ਇਸ ਵਿੱਚ ਅੱਜ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਹੈ, ਉਹ SSP ਸ਼੍ਰੀ ਵਿਕਰਮਜੀਤ ਦੁੱਗਲ ਜੀ ਨੇ ਬਹੁਤ ਸਟ੍ਰਿਕਟਲੀ ਲਈ ਹੈ ਅਤੇ ਇਮੀਜੀਏਟਲੀ ਉਹਦੇ ਉੱਪਰ ਉਸ ASI ਨੂੰ ਸਸਪੈਂਡ ਕੀਤਾ। ਇਹਦੇ ਵਿੱਚ ਮੈਂ ਤੁਹਾਡੇ ਥਰੂ ਸਾਰੀ ਜਨਤਾ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਅਸੀਂ ਡਰੱਗਸ ਦੇ ਪ੍ਰਤੀ 0 ਟੋਲਰੈਂਸ ਰੱਖਦੇ ਹਾਂ। ਕਿਹੜੇ ASI ਨੂੰ ਕੀਤਾ ਸਸਪੈਂਡ ਜੀ? ASI ਨਾਨਕ ਸਿੰਘ। ਅੱਛਾ ਜੀ। ਇਹਦੇ ਵਿੱਚ ਇਹ ਪਤਾ ਹੋਣਾ ਚਾਹੀਦਾ ਮੈਡਮ, ਹਾਂਜੀ, ਉਹ ਕਿਹੜੇ ਇਲਾਕੇ ਦੇ ਸੀਗੇ ਜਿਹੜੇ ਉਹ ਅੰਸਰ ਇੱਥੇ ਆਏ ਤੁਹਾਡੇ ਕੋਲ ਵੀ ਬੰਦੇ ਫੜ ਕੇ ਅੰਦਰ ਦੇ? ਜਿਹੜੇ ਮੁੱਦਰ ਬੰਦੇ ਸੀ ਉਹ ਮੁੱਦਲ ਦੇ ਸੀ, ਮੁੱਦਲ ਪਿੰਡ ਦੇ। ਹਾਂਜੀ, ਇਸ ਇਲਾਕੇ 'ਚ ਪੈਂਦਾ ਸੀ ਕਿ ਬਾਹਰ ਪਿੰਡ ਦੇ? ਉਹ ਪੁਲਿਸ ਪੋਸਟ ਸੋਹੀਆਂ ਦੇ ਅੰਦਰ ਨੇ। ਠੀਕ ਹੈ। ਕਹਿੰਦੇ ਕਾਫੀ ਹੰਗਾਮਾ ਵੀ ਕੀਤਾ ਉਹਨਾਂ ਨੇ ਕੱਲ੍ਹ ਇੱਥੇ? ਬਿਲਕੁਲ, ਇਹ ਜੋ ਮੈਨੂੰ ਨਿਊਜ਼ ਵਾਲਾ ਥਾਣੇ ਦੇ ਵਿੱਚ ਹਰ ਜਿਹੜੇ ਮਤਲਬ ਨਸ਼ੇ ਦੇ ਮਤਲਬ ਪਰਚਾ ਉਹਦੇ ਉੱਤੇ ਹੈਗਾ, ਮੋਟਾ ਜਾਂ ਛੋਟਾ, ਠੀਕ ਹੈ, ਲੋਕ ਹੀ ਫੜਾਉਣਗੇ, ਉਹਨਾਂ ਨੂੰ ਫੜੋਗੇ ਜਾਂ ਗੌਰਮੈਂਟ ਦਾ ਖੁਦ ਨਹੀਂ, ਇਹ ਮਤਲਬ ਪੁਲਿਸ ਦਾ ਹੱਕ ਬਣਦਾ ਵੀ ਇਹੀ? ਮੇਨ ਇਨੀਸ਼ੀਏਟਿਵ ਤਾਂ ਸਾਡਾ, ਬਿਲਕੁਲ ਸਾਡਾ। ਅੱਜ ਅਗਰ ਇਹ ਮੈਂ ਕਾਨਫਰੰਸ ਕਰ ਰਹੀ ਹਾਂ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਲੋਕਾਂ ਨੂੰ ਕਹਿ ਰਹੇ ਕਿ ਉਹੀ ਫੜਾਓਗੇ ਤਾਂ ਅਸੀਂ ਫੜਾਂਗੇ। ਸਾਡਾ ਇਹ ਕੰਮ ਪੁਲਿਸ ਦਾ ਹੈ ਔਰ ਪੁਲਿਸ ਇਹ ਕੰਮ ਕਰ ਰਹੀ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਗਰ ਕੋਈ ਲੋਕ ਕੋਈ ਫੜਾਉਂਦੇ ਤਾਂ ਉੱਤੇ ਕਾਰਵਾਈ ਨਹੀਂ ਹੋਊਗੀ। ਇਹ ਕਈ ਵਾਰੀ ਅਸੀਂ ਸਵਾਲ ਕੀਤਾ ਇਹਦੇ ਵਿੱਚ, ਉਹ ਕਹਿੰਦੇ ਵੀ ਸਾਨੂੰ ਦੱਸੋ ਕੋਈ ਵੱਡਾ ਤਾਂ ਹੈ ਹੀ ਨਹੀਂ, ਕੋਈ ਵੱਡਾ ਹੈ ਨਹੀਂ, ਜੇ ਵੱਡਾ ਹੈ ਨਹੀਂ ਤੇ ਇਹ ਕਿੰਨੀ ਸਮੈਕ ਇਥੋਂ ਕਿੰਨੀ ਵਿਕ ਰਹੀ, ਕਿੱਦਾਂ ਵਿਕ ਰਹੀ ਜੇ ਵੱਡਾ ਨਹੀਂ ਹੈਗਾ? ਤੇ ਇਹ ਸਟੇਟਮੈਂਟ ਬਹੁਤ ਵੇਕ ਸਟੇਟਮੈਂਟ ਹੈ ਜਿਹਨੇ ਵੀ ਦਿੱਤੀ ਹੈ। ਅਗਰ ਕਿਤੇ ਉਹ ਆਉਂਦੀ ਹੈ, ਇਹ ਤਾਂ ਬਿਲਕੁਲ ਫੈਕਟ ਹੈ ਨਾ, ਕੋਈ ਵੱਡਾ ਵੇਚਦਾ ਤਾਂ ਥੋੜੇ ਪਾਸੇ ਆਉਂਦੀ ਹੈ। ਹਾਂ, ਇਹ ਜ਼ਰੂਰ ਹੈ ਕਿ ਵੱਡੇ ਨੂੰ ਫੜਨ ਲਈ ਉਹਨੇ ਹੀ ਵੱਡੇ ਉਪਰਾਲੇ ਕਰਨੇ ਪੈਂਦੇ ਆ, ਇਹ 'ਚ ਕੋਈ ਦੋ ਗੱਲਾਂ ਨਹੀਂ ਹੈਗੀਆਂ, ਪਰ ਅਸੀਂ ਉਹ ਉਪਰਾਲੇ ਕਰ ਰਹੇ ਹਾਂ, ਕਰਾਂਗੇ ਔਰ ਕਾਮਯਾਬ ਹੋਵਾਂਗੇ।
ਧੰਨਵਾਦ। ਜਨਤਾ ਨੂੰ ਮੈਡਮ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਨੌਜਵਾਨ ਪੀੜ੍ਹੀ ਨੂੰ? ਨੌਜਵਾਨ ਪੀੜ੍ਹੀ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੂੰਗੀ ਤੁਹਾਡੇ ਥਰੂ ਕਿ ਇਸ ਨਸ਼ੇ ਨੂੰ ਛੱਡਣ, ਇਸ ਨਸ਼ੇ ਨੂੰ ਛੱਡ ਕੇ ਆਪਣੇ ਅੱਗੇ ਵਧਣ। ਜਿਹੜੇ ਬੰਦੇ ਇਹ ਨਸ਼ਾ ਕਰਦੇ ਆ ਉਹਨਾਂ ਨੂੰ ਪਿਆਰ ਨਾ ਦੇਖਣ, ਉਹ ਅੱਗੇ ਹੀ ਇੰਨੇ ਡਿਪਰੈਸ ਜ਼ਿੰਦਗੀ ਤੋਂ ਡਿਪਰੈਸ ਹੋ ਕੇ ਇਹ ਕੰਮ ਕਰਦੇ ਆ, ਉਹਨਾਂ ਨੂੰ ਨਸ਼ੇੜੀ ਕਹਿਣਾ ਬੰਦ ਕਰੀਏ, ਉਹਨਾਂ ਨੂੰ ਆਪਣੀ ਗੁਰਬਖਰੀ 'ਚ ਲਈਏ ਅਤੇ ਉਹਨਾਂ ਨੂੰ ਫਰਦਰ ਕਿਸੇ ਕੰਮ ਪਾਈਏ ਤਾਂ ਕਿ ਸਾਡਾ ਪੰਜਾਬ ਅੱਗੇ ਵੱਧ ਸਕੇ। ਜੰਡਿਆਲਾ ਗੁਰੂ ਤੋਂ ਪ੍ਰਗਟ ਸਿੰਘ ਅਤੇ ਕਵਲਜੀਤ ਸਿੰਘ ਦੀ ਰਿਪੋਰਟ।